ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਅਤੇ ਸਾਡੇ ਰਾਮਪੁਰਾ ਪੂਰਬ ਵਿਧਾਨ ਸਭਾ ਹਲਕੇ ਨੂੰ ਸਭ ਤੋਂ ਪਹਿਲਾਂ ਮੁਬਾਰਕਬਾਦ ਦਿੰਦਾ ਅੱਜ, ਕਿਉਂਕਿ ਸਾਡੇ ਲੋਕ ਸਭਾ ਦੀ ਉਹ ਮਹਾਂਪੰਚਾਇਤ ਚੁਣੀ ਜਾ ਰਹੀ ਆ ਜਿਹਦੇ ਨਾਲ ਦੇਸ਼ ਦਾ ਭਵਿੱਖ ਖੜ੍ਹਾ। ਮੈਂ ਇਹੀ ਬੇਨਤੀ ਕਰਦਾ, ਅਪੀਲ ਕਰਦਾ ਵੀ ਆਪਣੀ ਵੋਟ ਆਪਣੀ ਮਨਮਰਜ਼ੀ ਦਾ ਪਾ ਕੇ ਜਿੱਥੇ ਤੁਹਾਡਾ ਦਿਲ ਕਰਦਾ ਪਾ ਕੇ ਆਓ, ਕਿਸੇ ਦੇ ਕਹਿਣ 'ਤੇ ਜਾਂ ਕੋਈ ਇੱਦਾਂ ਨਾ ਹੋਵੇ, ਕੋਈ ਲੜਾਈ ਝਗੜੇ ਤੋਂ ਦੂਰ ਰਹੋ, ਕਿਉਂਕਿ ਇਹ ਹਰ ਬੰਦਾ ਆਪਣੀ ਸੋਚ ਲੈ ਕੇ ਚੱਲਦਾ ਵੀ ਕੌਣ ਲੀਡਰ ਵਧੀਆ, ਕਿਹਦੀ ਸਰਕਾਰ ਬਣਨੀ ਚਾਹੀਦੀ ਆ। ਇਹੀ ਬੇਨਤੀ ਹੈ ਵੀ ਸਾਰਾ ਕੰਮ ਪਿਆਰ ਮੁਹੱਬਤ ਦੇ ਨਾਲ, ਰਾਜ ਤੋਂ ਉੱਪਰ ਉੱਠ ਕੇ ਪਿਆਰ ਮੁਹੱਬਤ ਦੇ ਨਾਲ ਭਾਈਚਾਰਕ ਸਾਂਝ ਬਣਾਉਣੀ ਆ ਆਪਾਂ ਵੋਟਾਂ ਦੇ ਨਾਲ। ਇਹ ਨੀਗਾ ਵੀ ਕਿਸੇ ਗੱਲ 'ਤੇ ਆਪਾਂ ਲੜਾਈ ਝਗੜਾ ਕਰੀਏ, ਇਹੀ ਬੇਨਤੀ ਕਰਦਾ ਵੀ ਸੁੱਖ ਸ਼ਾਂਤੀ ਨਾਲ ਵੋਟਾਂ ਪੈਣ, ਇਹੀ ਪਰਮਾਤਮਾ ਅੱਗੇ ਦੁਆ ਕਰਨ, ਸੱਚੇ ਪਾਤਸ਼ਾਹ ਚੜ੍ਹਦੀ ਕਲਾ 'ਚ ਰੱਖੇ ਸਾਡੇ ਦੇਸ਼ ਨੂੰ, ਸਾਡੇ ਪੰਜਾਬ। ਫਸਟ ਆਫ ਆਲ ਮੈਂ ਬਹੁਤ ਜ਼ਿਆਦਾ ਗਰਵ ਮਹਿਸੂਸ ਕਰ ਰਿਹਾ ਜੀ, ਮੈਂ ਆਪਦੇ ਦੇਸ਼ ਦੇ ਲੋਕ ਸਭਾ ਇਲੈਕਸ਼ਨਾਂ 'ਚ ਜਿਹੜੇ ਕਿ ਨੈਸ਼ਨਲ ਇਲੈਕਸ਼ਨ ਨੇ ਉਹਨਾਂ ਦੇ ਇਲੈਕਸ਼ਨਾਂ ਵਿੱਚ ਭਾਗ ਲੈ ਪਾਇਆ ਅਤੇ ਆਪਦਾ ਯੋਗਦਾਨ ਦੇ ਪਾਇਆ। ਮੇਰੇ ਹਿਸਾਬ ਨਾਲ ਜਿੰਨੇ ਵੀ ਮੇਰੇ ਵਰਗੇ ਨੌਜਵਾਨ ਨੇ ਜਿਹੜੇ ਪਹਿਲੀ ਵਾਰ ਵੋਟ ਪਾ ਰਹੇ ਨੇ, ਉਹਨਾਂ ਨੂੰ ਆਪਦੇ ਵੱਲੋਂ ਜਿੰਨੀ ਵੀ ਉਹਨਾਂ ਨੂੰ ਜਾਣਕਾਰੀ ਹੈ, ਜਿੰਨੀ ਇਨਫੋਰਮੇਸ਼ਨ ਆ, ਆਪਦਾ ਮਤਦਾਨ ਦੇਣ ਆਉਣਾ ਚਾਹੀਦਾ, ਭਾਵੇਂ ਗਰਮੀ ਹੋਵੇ ਭਾਵੇਂ ਸਰਦੀ, ਕਿਉਂਕਿ ਜੀ ਆਹ ਸ਼ੁਰੂਆਤ ਹੀ ਆਪਣੇ ਸ਼ੁਰੂਆਤੀ ਸਾਲ ਨੇ, ਜਿੰਨਾ ਕਰਕੇ ਆਪਾਂ ਆਹੀ ਦੇਸ਼ 'ਚ ਅੱਗੇ ਵਧਣਾ, ਇਹਨੂੰ ਦੇਸ਼ ਨੂੰ ਅੱਗੇ ਵਧਾਉਣਾ। ਅਤੇ ਇੱਕ ਆਪਦਾ ਆਪਣਾ ਮਤਦਾਨ ਆਪਣੇ ਹਜ਼ਾਰਾਂ ਲੱਖਾਂ ਵਰਗਿਆਂ ਨਾਲ ਜੁੜ ਕੇ ਬਹੁਤ ਫਰਕ ਪਾ ਸਕਦਾ ਜੀ, ਆਹੀ ਮੇਰਾ ਸੰਦੇਸ਼ ਹੈ। ਥੈਂਕ ਯੂ ਜੀ। ਗਰਮੀ ਤਾਂ ਬਹੁਤ ਜ਼ਿਆਦਾ, ਪਰ ਫਿਰ ਵੀ ਮੈਂ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਕਰਦੀ ਹਾਂ ਕਿ ਵੋਟ ਸਾਡਾ ਇੱਕ ਮੇਨ ਅਧਿਕਾਰ ਆ, ਸਾਨੂੰ ਸਾਰਿਆਂ ਨੂੰ ਵੋਟ ਪਾਉਣੀ ਚਾਹੀਦੀ ਆ, ਕਿਉਂਕਿ ਵੋਟਾਂ ਦੇ ਆਸਰੇ ਅਸੀਂ ਆਪਦੇ ਦੇਸ਼ ਦਾ ਭਵਿੱਖ ਚਾਹੁੰਦੇ ਹਾਂ, ਔਰ ਇਹ ਵੋਟਾਂ ਤਾਂ ਬਹੁਤ ਜ਼ਰੂਰੀ ਨੇ ਹਰ ਇੱਕ ਲਈ, ਅਤੇ ਸਾਰਿਆਂ ਨੂੰ ਆਪਣੇ ਅਧਿਕਾਰ ਦਾ ਇਸਤੇਮਾਲ ਕਰਨਾ ਚਾਹੀਦਾ। ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਅਤੇ ਸਾਡੇ ਰਾਮਪੁਰਾ ਪੂਰਬ ਵਿਧਾਨ ਸਭਾ ਹਲਕੇ ਨੂੰ ਸਭ ਤੋਂ ਪਹਿਲਾਂ ਮੁਬਾਰਕਬਾਦ ਦਿੰਦਾ ਅੱਜ, ਕਿਉਂਕਿ ਸਾਡੇ ਲੋਕ ਸਭਾ ਦੀ ਉਹ ਮਹਾਂਪੰਚਾਇਤ ਚੁਣੀ ਜਾ ਰਹੀ ਆ ਜਿਹਦੇ ਨਾਲ ਦੇਸ਼ ਦਾ ਭਵਿੱਖ ਖੜ੍ਹਾ। ਮੈਂ ਇਹੀ ਬੇਨਤੀ ਕਰਦਾ, ਅਪੀਲ ਕਰਦਾ ਵੀ ਆਪਣੀ ਵੋਟ ਆਪਣੀ ਮਨਮਰਜ਼ੀ ਦਾ ਪਾ ਕੇ ਜਿੱਥੇ ਤੁਹਾਡਾ ਦਿਲ ਕਰਦਾ ਪਾ ਕੇ ਆਓ, ਕਿਸੇ ਦੇ ਕਹਿਣ 'ਤੇ ਜਾਂ ਕੋਈ ਇੱਦਾਂ ਨਾ ਹੋਵੇ, ਕੋਈ ਲੜਾਈ ਝਗੜੇ ਤੋਂ ਦੂਰ ਰਹੋ, ਕਿਉਂਕਿ ਇਹ ਹਰ ਬੰਦਾ ਆਪਣੀ ਸੋਚ ਲੈ ਕੇ ਚੱਲਦਾ ਵੀ ਕੌਣ ਲੀਡਰ ਵਧੀਆ, ਕਿਹਦੀ ਸਰਕਾਰ ਬਣਨੀ ਚਾਹੀਦੀ ਆ। ਇਹੀ ਬੇਨਤੀ ਹੈ ਵੀ ਸਾਰਾ ਕੰਮ ਪਿਆਰ ਮੁਹੱਬਤ ਦੇ ਨਾਲ, ਰਾਜ ਤੋਂ ਉੱਪਰ ਉੱਠ ਕੇ ਪਿਆਰ ਮੁਹੱਬਤ ਦੇ ਨਾਲ ਭਾਈਚਾਰਕ ਸਾਂਝ ਬਣਾਉਣੀ ਆ ਆਪਾਂ ਵੋਟਾਂ ਦੇ ਨਾਲ। ਇਹ ਨੀਗਾ ਵੀ ਕਿਸੇ ਗੱਲ 'ਤੇ ਆਪਾਂ ਲੜਾਈ ਝਗੜਾ ਕਰੀਏ, ਇਹੀ ਬੇਨਤੀ ਕਰਦਾ ਵੀ ਸੁੱਖ ਸ਼ਾਂਤੀ ਨਾਲ ਵੋਟਾਂ ਪੈਣ, ਇਹੀ ਪਰਮਾਤਮਾ ਅੱਗੇ ਦੁਆ ਕਰਨ, ਸੱਚੇ ਪਾਤਸ਼ਾਹ ਚੜ੍ਹਦੀ ਕਲਾ 'ਚ ਰੱਖੇ ਸਾਡੇ ਦੇਸ਼ ਨੂੰ, ਸਾਡੇ ਪੰਜਾਬ। ਫਸਟ ਆਫ ਆਲ ਮੈਂ ਬਹੁਤ ਜ਼ਿਆਦਾ ਗਰਵ ਮਹਿਸੂਸ ਕਰ ਰਿਹਾ ਜੀ, ਮੈਂ ਆਪਦੇ ਦੇਸ਼ ਦੇ ਲੋਕ ਸਭਾ ਇਲੈਕਸ਼ਨਾਂ 'ਚ ਜਿਹੜੇ ਕਿ ਨੈਸ਼ਨਲ ਇਲੈਕਸ਼ਨ ਨੇ ਉਹਨਾਂ ਦੇ ਇਲੈਕਸ਼ਨਾਂ ਵਿੱਚ ਭਾਗ ਲੈ ਪਾਇਆ ਅਤੇ ਆਪਦਾ ਯੋਗਦਾਨ ਦੇ ਪਾਇਆ। ਮੇਰੇ ਹਿਸਾਬ ਨਾਲ ਜਿੰਨੇ ਵੀ ਮੇਰੇ ਵਰਗੇ ਨੌਜਵਾਨ ਨੇ ਜਿਹੜੇ ਪਹਿਲੀ ਵਾਰ ਵੋਟ ਪਾ ਰਹੇ ਨੇ, ਉਹਨਾਂ ਨੂੰ ਆਪਦੇ ਵੱਲੋਂ ਜਿੰਨੀ ਵੀ ਉਹਨਾਂ ਨੂੰ ਜਾਣਕਾਰੀ ਹੈ, ਜਿੰਨੀ ਇਨਫੋਰਮੇਸ਼ਨ ਆ, ਆਪਦਾ ਮਤਦਾਨ ਦੇਣ ਆਉਣਾ ਚਾਹੀਦਾ, ਭਾਵੇਂ ਗਰਮੀ ਹੋਵੇ ਭਾਵੇਂ ਸਰਦੀ, ਕਿਉਂਕਿ ਜੀ ਆਹ ਸ਼ੁਰੂਆਤ ਹੀ ਆਪਣੇ ਸ਼ੁਰੂਆਤੀ ਸਾਲ ਨੇ, ਜਿੰਨਾ ਕਰਕੇ ਆਪਾਂ ਆਹੀ ਦੇਸ਼ 'ਚ ਅੱਗੇ ਵਧਣਾ, ਇਹਨੂੰ ਦੇਸ਼ ਨੂੰ ਅੱਗੇ ਵਧਾਉਣਾ। ਅਤੇ ਇੱਕ ਆਪਦਾ ਆਪਣਾ ਮਤਦਾਨ ਆਪਣੇ ਹਜ਼ਾਰਾਂ ਲੱਖਾਂ ਵਰਗਿਆਂ ਨਾਲ ਜੁੜ ਕੇ ਬਹੁਤ ਫਰਕ ਪਾ ਸਕਦਾ ਜੀ, ਆਹੀ ਮੇਰਾ ਸੰਦੇਸ਼ ਹੈ। ਥੈਂਕ ਯੂ ਜੀ। ਗਰਮੀ ਤਾਂ ਬਹੁਤ ਜ਼ਿਆਦਾ, ਪਰ ਫਿਰ ਵੀ ਮੈਂ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਕਰਦੀ ਹਾਂ ਕਿ ਵੋਟ ਸਾਡਾ ਇੱਕ ਮੇਨ ਅਧਿਕਾਰ ਆ, ਸਾਨੂੰ ਸਾਰਿਆਂ ਨੂੰ ਵੋਟ ਪਾਉਣੀ ਚਾਹੀਦੀ ਆ, ਕਿਉਂਕਿ ਵੋਟਾਂ ਦੇ ਆਸਰੇ ਅਸੀਂ ਆਪਦੇ ਦੇਸ਼ ਦਾ ਭਵਿੱਖ ਚਾਹੁੰਦੇ ਹਾਂ, ਔਰ ਇਹ ਵੋਟਾਂ ਤਾਂ ਬਹੁਤ ਜ਼ਰੂਰੀ ਨੇ ਹਰ ਇੱਕ ਲਈ, ਅਤੇ ਸਾਰਿਆਂ ਨੂੰ ਆਪਣੇ ਅਧਿਕਾਰ ਦਾ ਇਸਤੇਮਾਲ ਕਰਨਾ ਚਾਹੀਦਾ।